ਬਿਸਮਿਲਲਾਹਿਰਰਹਿਮਾਨਿਰਰਹੀਮ ਅਸਲਾਮ ਅਲੈਕੁਮ ਵੇਖ ਰਹੇ ਤੁਸੀਂ ਆਪਣਾ ਕਰਨ ਆਣਾ ਚਾਹਨਾ ਤੇ ਮੈਂ ਤੁਹਾਡਾ ਮਿਹਰਬਾਨ ਬਲਾਲ ਅਜ਼ਮਤ ਵਾਸਤੇ ਰੋਜ਼ਾਨਾ ਦੀ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਵੀ ਦਾ ਇਨਸ਼ਾਅੱਲਾ ਉਮੀਦ ਕਰਨੀ ਆ ਵੀਡੀਓ ਪਸੰਦ ਵੀ ਕਰਦੇ ਹੋ ਲਾਈਕ ਵੀ ਕਰਦੇ ਹੋ ਸ਼ੇਅਰ ਵੀ ਕਰਦੇ ਹੋ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਲੈਣਾ ਤਾਂ ਕਿ ਸਾਡੀ ਹਰ ਆਉਣ ਵਾਲੀ ਵੀਡੀਓ ਜੇ ਤੁਹਾਡੇ ਤੱਕ ਬਖਾਨੀ ਪਹੁੰਚ ਸਕੇ ਵੀਡੀਓ ਇੱਥੇ ਨਹੀਂ ਬਣਾਉਣ ਲੱਗੇ ਬਸ ਸਿਲਸਿਲੇਵਾਰ ਵੀਡੀਓ ਵਾਰ ਹੈ ਜੀ ਮੰਗਲ ਤਰੀਕ 23 ਅਪ੍ਰੈਲ 2024 ਜ਼ਿਲ੍ਹਾ ਗੁਜਰਾਤ ਸੇਲਖਾਣੀਆਂ ਪਿੰਡ ਚਕੋੜੀ ਬਿਲਵਾਲ ਭਾਈ ਅਦਨਾਨ ਐਡਵੋਕੇਟ ਸਾਹਿਬ ਦੀ ਵੀਡੀਓ ਵੀਡੀਓ ਜਿਨ੍ਹਾਂ ਨੇ ਡੰਗਰਾਂ ਦੀ ਗੱਲਬਾਤ ਕਰਨੀ ਹੈ ਨਾ ਉਹ ਭਾਈ ਅਮੀਨ ਚਕੋੜੀ ਬਿਲਵਾਲ ਭਾਈ ਉਹਨਾਂ ਨੇ 6 ਮੱਝਾਂ ਤੇ 1 ਗਾਂ ਲਾਣੀ ਵੀਡੀਓ ਤੇ ਬਾਕੀ ਜਿਹੜੀ ਗੱਲਬਾਤ ਹੈ ਨਾ ਸਾਰੀ ਉਹਨਾਂ ਨਾਲ ਕਰ ਲੈਂਦੇ ਹਾਂ ਕਿਸੇ ਵੀ ਭਰਾ ਨੇ ਆਉਣਾ ਹੋਵੇ ਗੁਜਰਾਤ ਸਰਵਿਸ ਮੋੜ ਤੋਂ ਜਿਹੜੀ ਰੋਡ ਨਿਕਲਦੀ ਨਾ ਡਿੰਗੇ ਜਾਂਦੀ ਹੈ ਉਸ ਰੋਡ ਦਾ ਤਕਰੀਬਨ 9 ਤੋਂ 10 ਕਿਲੋਮੀਟਰ ਦਾ ਪਿੰਡ ਹੈ ਚਕੋੜੀ ਬਿਲਵਾਲ ਮੇਨ ਅੱਡਾ ਦੁੱਲਾ ਵਾਲਾ ਤੋਂ 1 ਕਿਲੋਮੀਟਰ ਤੇ ਨਾ ਚਕੋੜੀ ਬਿਲਵਾਲ ਹੈ ਬਾਕੀ ਡੰਗਰਾਂ ਦੀ ਗੱਲਬਾਤ ਭਾਈ ਮੇਨ ਨਾਲ ਕਰ ਲੈਂਦੇ ਹਾਂ 6 ਮੱਝਾਂ ਦੇ 1 ਗਾਂ ਟੋਟਲੀ 7 ਡੰਗਰ ਹੋਣ ਦੇ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਜੀ ਭਾਈ ਅਮੀਨ ਕੀ ਹਾਲ ਹੈ ਜੀ ਸ਼ੁਕਰ ਅਲਹਮਦੁਲਿਲਾ ਤੁਸੀਂ ਸੁਣਾਓ ਜੀ ਅੱਲਾ ਦਾ ਸ਼ੁਕਰ ਠੀਕ ਠਾਕ ਤੁਸੀਂ ਸੁਣਾਓ ਸ਼ੁਕਰ ਅਲਹਮਦੁਲਿਲਾ ਅੱਛਾ ਭਾਈ ਅਮੀਨ 6 ਮੱਝਾਂ ਤੇ 1 ਗਾਂ ਜਿਹੜੇ ਅੱਜ ਵੀਡੀਓ ਤੇ ਲੱਗਣੇ ਨੇ ਡੰਗਰ ਜੀ ਬਿਲਕੁਲ 6 ਮੱਝਾਂ ਆਂਦੇ ਹੀ ਇਹ ਹੈ ਜਾਂ ਵਿੱਚੋਂ ਕੋਈ ਡੰਗਰ ਵਿਕੇ ਵੀ ਆਏ ਨੇ ਨਹੀਂ ਕੋਈ ਡੰਗਰ ਵਿਕੇ ਵੀ ਆਏ ਜੀ ਤੇ ਵਿਕਦੇ ਵਿਕਦੇ ਤੇ ਰਹਿੰਦੇ ਹੀ ਆ ਅਕਸਰ ਹੀ ਬਸ ਸਿਲਸਿਲੇਵਾਰ ਵਿਕਦੇ ਰਹਿੰਦੇ ਨੇ ਹਾਂ ਜੀ ਬਿਲਕੁਲ ਉਂਝ ਜਿਹੜੇ ਵੀਡੀਓ ਤੇ ਲੱਗਣੇ ਨੇ 6 ਮੱਝਾਂ ਤੇ 1 ਗਾਂ ਬਿਲਕੁਲ ਜੀ 6 ਮੱਝਾਂ ਮਾਸ਼ਾਅੱਲਾ ਅੱਜ ਮੱਝਾਂ ਸਾਰੀਆਂ ਚੰਗੀਆਂ ਨੇ ਜਿਹੜੀ ਮੱਝ ਆਖਰਲੀ ਨੰਬਰ ਤੇ ਆਣੀ ਹੈ ਨਾ ਭਰਾਵਾਂ ਨੂੰ ਜੀ ਬਿਲਕੁਲ ਨਮਾਸ਼ੀ ਜੀ ਮੱਝ ਆ ਜੀ ਬਿਲਕੁਲ ਬੜੀ ਕੋਈ ਪਿਆਰੀ ਜੀ ਮੱਝ ਹੈ ਮਾਸ਼ਾਅੱਲਾ ਜੀ ਹਾਂ ਜੀ ਤਗੜੀ ਮੱਝ ਬਹੁਤ ਬੜੀ ਗਣੀ ਮਾਸ਼ਾਅੱਲਾ ਬਹੁਤ ਗਣੀ ਪਿਆਰੀ ਮੱਝ ਹੈ ਚਲੋ ਫਿਰ ਜਿਉਂ-ਜਿਉਂ ਮੱਝਾਂ ਉੱਤੇ ਜਾਂਦੇ ਆ ਤੂੰ ਗੱਲ ਕਰਨੇ ਕਰੀਏ ਸ਼ੁਰੂ ਜੀ ਫੋਨ ਨੰਬਰ ਬੋਲਾਂ ਹਾਂ ਇੱਕ ਵਾਰੀ 0345-2140-377 ਵਟਸਐਪ ਬਣਿਆ ਨਾ ਜੀ ਵਟਸਐਪ ਬਣਿਆ ਫੇਰ ਇੱਕ ਵਾਰ ਬੋਲ ਦੋ 0345-2140-377 ਇੱਕ ਜੈਦ ਦਾ ਨੰਬਰ ਲਾ ਲਈਏ ਜੀ ਲਾ ਲਓ 0301-560-8177 ਇਹ ਤੇ ਵਟਸਐਪ ਬਣੇ ਨਹੀਂ ਵੈਸੇ ਕਾਲ ਇਹ ਵੈਸੇ ਕਾਲ ਵਾਲਾ ਜੀ ਬਿਲਕੁਲ ਠੀਕ ਹੋ ਗਿਆ ਤੇ ਨੰਬਰ ਜਿਹੜਾ ਉੱਤੇ ਲੱਗਣਾ ਉਹ ਹੀ ਲੱਗੇਗਾ ਜਿਹੜਾ ਅੱਗੇ ਲੱਗੇ ਇਹ ਉਂਝ ਵਿੱਚ ਬੋਲ ਦੇ ਰਿਹਾ ਇਹ ਵੀ ਉੱਤੇ ਲਾਣਾ ਲਾ ਛੱਡੋ ਤਾਂ ਚਲੇ ਵੀ ਉੱਤੇ ਲਾ ਦਰਾਂ ਦੇ ਵਹਾਈਏ ਮਜਾ ਜੀ ਬਿਸਮਿਲ੍ਲਾ ਵੇਖੋ ਲਿਆਓ ਜੀ ਮਾਈ ਨੰਬਰ ਇੱਕ ਲਿਆਓ ਮਾਈ ਨੰਬਰ ਆ ਗਈ ਜੀ ਇੱਕ ਮਾਸ਼ਾਅੱਲਾ ਜੀ ਮੱਝਾਂ ਸਾਰੀਆਂ ਜੂਦੀਆਂ ਹੋਣਗੀਆਂ ਬਿਲਕੁਲ ਜੀ ਸਾਰੀਆਂ ਮੱਝਾਂ ਭਰਾਵਾਂ ਨੇ ਫੇਰ ਲੈਣੀਆਂ ਥਲੇ ਨਾਲ ਭਾਈ ਮੀਨ ਕੀ ਸੁਆ ਲਾਇਆ ਇਸ ਮਾਈ ਨੇ ਮੈਂ ਤੀਜਾ ਸੁਆ ਲਾਇਆ ਜੀ ਤੀਸਰਾ ਸੁਆ ਮਾਈ ਨੇ ਲਾਇਆ ਹੈ ਮਾਈ ਕਿੰਨੇ ਦਿਨ ਸੁਈ ਮੈਨੂੰ ਅੱਜ ਹੋ ਗਿਆ ਤਕਰੀਬਨ 10-12 ਦਿਨ ਸੁਈ 10-12 ਦਿਨ ਹੋ ਗਏ ਨੇ ਸੁਈ ਨੂੰ ਮਗਰ ਕੀ ਦੂੰ ਮਗਰ ਕੱਟਾ ਹੈ ਮਗਰ ਕੱਟਾ ਜੀ ਮਾਸ਼ਾਅੱਲਾ ਤੀਸਰਾ ਸੁਆ ਮਾਈ ਨੇ ਲਾਇਆ ਹੈ 10-12 ਦਿਨ ਹੋ ਗਏ ਨੇ ਸੁਈ ਨੂੰ ਮਗਰ ਕੱਟਾ ਅੱਛਾ ਕੱਟੀ ਠੀਕ ਹੋ ਗਿਆ ਜੀ ਲੋ ਜੀ ਮਾਈ ਦੇ ਮਗਰ ਕੱਟੀ ਜੇ ਮਾਈ ਦੀਆਂ ਹੱਡੀਆਂ ਭਰਾਵਾਂ ਨੇ ਦੇਖ ਲੈਣੀਆਂ ਨੇ ਮਾਝ ਬਣਾਓ ਆਪਣੀ ਸਲੀ ਨਾਲ ਮੱਝਾਂ ਨੂੰ ਦਿਖਾਣਾ ਬੈਠਣ ਕੈਮਰਾਮੈਨ ਤਾਂ ਥੱਲੀ ਨਾਲ ਜੀ ਮਾਝ ਆਪਣੀਆਂ ਗਣੀਆਂ ਸਾਰੀਆਂ ਚੰਗੀਆਂ ਕੀ ਬਾਤ ਬੜੀ ਜੂੰਦੀਆਂ ਮੱਝਾਂ ਇਨਸ਼ਾਅੱਲਾ ਤਰੀਫ ਤਾਂ ਜਿੰਨੀ ਕੀਤੀ ਰਹੀ ਉਨੀ ਥੋੜੀ ਬੱਚੇ ਤੇ ਜਾਣ ਦਿਓ ਬੱਚਾ ਉਠਾਓ ਜੋ ਮੱਝ ਹੈ ਉਹ ਭਰਾਵਾਂ ਵੇਖ ਲੈਣੀ ਹੈ ਜੀ ਵੇਖ ਲੈਣੀ ਹੈ ਤੇ ਬਾਕੀ ਜਿਹੜਾ ਹੈ ਉਹ ਇਨਸਾਫ ਮੇਰੇ ਭਰਾਵਾਂ ਕਰਨਾ ਚਾਹੀਦਾ ਜੀ ਭਰਾਵਾਂ ਨੇ ਹਾਂਜੀ ਇਨਸ਼ਾਅੱਲਾ ਲੈਣੀਆਂ ਨੇ ਮੇਰੇ ਜੀ ਬਾਕੀ ਨਾ ਮੇਰੇ ਜੀ ਬਾਕੀ ਹੋ ਗਏ ਬਾਕੀ ਹੱਡੀਆਂ ਵੇਖ ਲੈ ਕੱਟੀ ਦੀ ਮੈਂ ਮਾਸ਼ਾਅੱਲਾ ਦਾ ਵੇਖ ਲੋ ਕੁੱਠਾ ਵੇਖ ਲੋ ਕੋਲੀ ਵੇਖ ਲੋ ਕਿਹੜੀ ਨੂੰ ਕੱਟੀ ਹੈ ਜੀ ਸਾਫ ਹੈ ਲੋ ਜੀ ਐ ਮਗਰ ਕੱਟੀ ਨੂੰ ਭਾਈ ਮੀਨ ਦੁੱਧ ਕਿੰਨਾ ਕੋਈ ਆ ਸਮਾਈ ਪੜਾ ਤੇ ਠੰਡਾ ਜਿਹੜਾ ਹੈ
ਬਿਲਕੁਲ ਜੀ ਤਸੱਲੀ ਕਰ ਕੇ ਲਾ ਮੱਝ ਬਣ ਕੇ ਕੋਈ ਬਹਾਦਰ ਭਾਈ ਮੀਨ ਥੋੜੀ ਜਿਹੀ ਗੱਲ ਸਾਨੀ ਕੀ ਬੋਲੇ ਮੱਝ ਦਾ ਬੋਲ ਤਾਂ ਭਾਵੇਂ ਜਿੰਨਾ ਲਾਈ ਰੱਖੀ ਹੈ ਆਪਣੀ ਬਿਲਕੁਲ ਘਣੀ ਸਾਰੀ ਚੰਗੀ ਹੈ ਮਾਸ਼ਾਅੱਲਾ ਜੀ ਪਹਿਲੀ ਵੀਡੀਓ ਚ ਬਿਲਕੁਲ ਜੀ ਮੱਝਾਂ ਚੰਗੀਆਂ ਜਾਂ ਦੂਸਰੀ ਵਿੱਚ ਤੀਸਰੀ ਵਿੱਚ ਉਹਦੇ ਨਾਲ ਵੱਧ ਕੇ ਆਈਆਂ ਇਨਸ਼ਾਅੱਲਾ ਬਹੁਤ ਘਣੀਆਂ ਚੰਗੀਆਂ ਮੱਝਾਂ ਮੇਰੀਆਂ ਮੱਝਾਂ ਥੱਕੀਆਂ ਥੁੱਕੀਆਂ ਜਿਵੇਂ ਜਿਵੇਂ ਥੱਕਾ ਥੁੱਕਾ ਚ ਸਾਫ਼ ਹੋ ਗਈਆਂ ਆਪਣਾ ਕਿਹੜਾ ਲੱਗਿਆ ਜਿਹੜਾ ਅੱਲਾ ਦੀ ਬਰਕਤ ਨਾਲ ਮੈਂ ਜਿਵੇਂ ਮਹਿਲੇ ਮੁਹਲੇ ਦੀ ਸਾਫ਼ ਹੋ ਗਈ 14-15 ਲੀਟਰ ਮਗਰ ਕੱਟੀ ਮਗਰ ਕੱਟੀ ਹੋਵੇ ਦੀਦੂ ਜੀ ਮਾਸ਼ਾਅੱਲਾ ਕਿਹੜੀ ਕੱਟੀ ਹੈ ਗਿਲਾਸ ਚ ਪਾਣੀ ਪਵਾ ਲੋ ਇਵੇਂ ਦੀ ਬੂਥੀ ਹੈ ਸੋਹਣੀ ਪਤਲੀ ਤੇ ਲੰਮੀ ਸੋਹਣੀ ਜਿੰਦਾਬਾਦ ਜੀ ਲੋ ਜੀ ਮੱਝਾਂ ਤਸੱਲੀ ਨਾਲ ਵਹਾ ਦਿੰਦੀਆਂ ਨੇ ਭਾਈ ਮੇਨ ਮਿਹਨਤ ਨਾਲ ਡੰਗਰ ਲਿਆਉਂਦੇ ਨੇ ਤੁਹਾਡਾ ਕੰਮ ਇੱਥੋਂ ਜਿਹਨਾਂ ਦਾ ਜਿੰਨਾ ਲਾਈ ਰੱਖੀ ਓਨਾ ਥੋੜਾ ਲੱਗਣਾ ਉਹ ਗੱਲ ਪਾਉਣੀ ਕਰਨੀ ਜਿਹੜੇ ਵਿਆਹ ਨੂੰ ਚੰਗੀ ਲੱਗੇ 3,90,000 ਦੀ ਜੋੜੀ ਦੇ ਛੱਡੇ 3,90,000 ਦੀ ਝੋਟੀ ਦੇ ਦਿੰਦੀ ਹਾਂਜੀ ਨੰਬਰ ਦੋ ਨੰਬਰ ਬਿਲਕੁਲ ਅੱਗੇ ਲਿਆਓ ਜੀ 3 ਨੰਬਰ ਲੋ ਜੀ ਮਾਈ ਨੰਬਰ ਅੱਗੇ ਆ ਗਈ ਜੀ 3 ਮਾਸ਼ਾਅੱਲਾ ਜੀ ਜਿਉਂ ਜਿਉਂ ਆਗਾ ਜਾਣਾ ਤੂੰ ਤੋਂ ਭਰਾਵਾਂ ਨੇ ਮਜ਼ਾ ਵੇਖ ਲੈਣੀਆਂ ਮੈਂ ਵੀ 30 ਵਾਲ ਆਇਆ ਮਾਈ ਨੇ ਮੈਂ ਪਹਿਲਾ ਸੁਆ ਇਸ ਵੀ ਲਾਇਆ ਪਹਿਲਾ ਸੁਆ ਇਸ ਮਾਈ ਨੇ ਲਾਇਆ ਗੱਡੀ ਦੀ ਮਾਰੇ ਕੇ
ਡੇਰਾ ਵੀ ਖਾਣਾ, ਪੁੱਠਾ ਵੀ ਖਾਣਾ ਬ੍ਰਾਹਮਣ ਨੂੰ। ਲੋ ਜੀ ਖਾਣੇ ਲਿਬਾਸ ਜਿਹੜੇ ਨੇ ਉਹ ਵੀ ਖਾਣੇ ਨੇ ਤਸੱਲੀ ਨਾਲ, ਬਾਕੀ ਜਿਹੜਾ ਹੈ ਜੀ ਜੀ ਹੇਟ ਜਿਹੜੀ ਉਹ ਵੇਖਣੀ ਡਰਾਮਾ, ਬਾਕੀ ਸਾਰਾ ਜਿਤਨੀਆਂ ਗਾਡੀਆਂ ਨੇ ਸਿੱਧੀਆਂ ਸੋਹਣੀਆਂ ਜਿਹੜੀਆਂ ਨਾ ਉਹ ਜਿਤਨੀਆਂ ਕੇ ਗਾਣੀ ਸਾਰੀ ਸੋਹਣੀ ਜੀ ਮਾਸ਼ਰੀਫਾਂ ਜਿੰਨੀਆਂ ਕੀਤੀ ਰੱਖੀ ਉਨੀਆਂ ਥੋੜੀਆਂ ਜੀ ਥੋੜੀਆਂ, ਬਿਲਕੁਲ ਕੋਲੀ ਵੀ ਖਾਣੀ ਹੈ ਧੁੰਨੀ ਵੀ ਖਾਣੀ ਹੈ, ਬਿਲਕੁਲ ਨਿਸ਼ਾਨ ਹੈ ਮਾਰਾਠੀ ਜਿਹੜਾ ਸਿੰਘ ਹੈ ਉਹ ਜਨਮਨ ਹੈ, ਬਿਲਕੁਲ ਜਨਮਨ ਸਿੰਘ ਦਾ ਆਪਣਾ। ਕੀ ਬਾਤ ਹੈ ਜੀ, ਜ਼ਿੰਦਾਬਾਦ ਭਾਈ ਮੀਨ ਮਾਸ਼ਾਅੱਲਾ, ਝੋਟੀ ਭਰਾਵਾਂ ਨੇ ਵੇਖ ਲਈਏ ਅੱਡੀਆਂ ਬਰੀਕ ਨੇ, ਦੁਆ ਲਾਇਆ ਤੂੰ ਪਹਿਲਾ ਤੂੰ ਹੈ ਪਹਿਲਾ, ਜਨਾਬ ਮੇਰੀ ਕੱਟੀ ਤੇ ਜਿਹੜਾ ਨਾ ਸਾਡੇ ਕੋਲ ਆਣ ਤੇ ਫੁੱਲੀ ਖਲੀ ਹੈ ਜੀ, ਕੱਟੀ ਤੇ ਮਿਲਦੀ ਪਵਾਣੀ ਪਈ ਸਾਰੀ ਜੋ ਤਸੱਲੀ ਕਰ ਲਵੇ, ਪਹਾੜੇ ਤੇ ਮਿਲਦੀ ਠਾਪਰਾ ਮਾਰਦੇ ਹੇਠ ਬਹਿ ਜਾਵੇ ਤਸੱਲੀ ਕਰ ਲਵੇ ਆਣ ਤੇ ਸਾਡੇ ਕੋਲ ਲੋ ਜੀ ਮਾਏ ਨੰਬਰ ਅੱਗੇ ਆ ਗਈ ਜੀ ਚਾਰ ਮਾਸ਼ਾਅੱਲਾ ਜੀ ਭਾਈ ਮੀਨ ਮਾਏ ਬਣਾਓ, ਕੀ ਸਵਾਲ ਆਇਆ ਮਾਏ ਨੇ? ਮੈਂ ਦੂਸਰਾ ਸਵਾਲ ਆਇਆ ਜੀ, ਦੂਸਰਾ ਸਵਾਲ ਮਾਏ ਨੇ ਲਾਇਆ ਮਾਜ, ਕਿੰਨਿਆਂ ਦਿਨਾਂ ਦੀ ਸੂਈ ਜੇ? ਮੈਂ ਹੋ ਗਏ ਤਕਰੀਬਨ ਅੱਜ ਇਹਨੂੰ 13-14 ਦੂਸਰੀ ਗੱਲ ਟਾਈਮ ਟੂ ਟਾਈਮ ਮੱਝੀ ਦੀ ਵੀਡੀਓ ਬਣਦੀ ਪਈ ਹੈ, ਚੁੰਨੀ ਵੀ ਖਾਣੀ ਕੋਲੀ ਵੀ ਖਾਣੀ ਹੈ, ਕੀ ਬਾਤ ਹੈ ਜੀ ਮਾਸ਼ਾਅੱਲਾ, ਸਾਰੇ ਹਲਦੇ ਪੈਣ ਕਿਸੇ ਥਾਣੇ ਚ ਧਾਰ ਕੋਈ ਨਹੀਂ, ਠੀਕ ਹੈ ਇਨਸ਼ਾਅੱਲਾ ਬਿਲਕੁਲ ਟਾਈਮ ਟੂ ਟਾਈਮ ਟਾਈਮੋ ਟਾਈਮ ਹੈ ਮਾਜ ਆਪਣੀ ਟਾਈਮ ਤੇ ਮਾਸ਼ਾਅੱਲਾ ਜੀ, ਅੱਡੀ ਇੱਕ ਮਾਈ ਦੀ ਪੁੱਠਾ ਚੰਗਾ ਬਿਲਕੁਲ ਬਰੀਕ ਮੱਝਾਂ ਨੇ, ਬਿਲਕੁਲ ਬਰੀਕ ਮੱਝਾਂ ਜਿੰਨੀਆਂ ਕਿਹਨ ਗਣੀਆਂ ਸਾਰੀਆਂ ਚੰਗੀਆਂ ਮੱਝਾਂ, ਜ਼ਿੰਦਾਬਾਦ ਜੀ। ਮਗਰ ਕੀ ਦੋ ਮਗਰ ਇਹਦੇ ਕੱਟੀ ਹੈ, ਇਹਦੇ ਮਗਰ ਵੀ ਕੱਟੀ ਹੈ, ਤਕਰੀਬਨ ਸਾਰੀਆਂ ਮੱਝਾਂ ਮਗਰ ਹੀ ਕੱਟੀਆਂ ਨੇ, ਹਾਂਜੀ ਕੱਟੀਆਂ, ਬਾਕੀ ਮਾਸ਼ਾਅੱਲਾ ਜੀ ਮਾਜੀ ਕੋਈ ਛੱਲੀ ਨਾਲ ਵਹਾਣ ਦਿਓ, ਇੱਥੇ ਛੱਲੀ ਨਾਲ ਦਿਖਾਓ ਮੈਂ ਜਿਹੜਾ ਜਿਹੜਾ ਜਿਤਨੀ ਹੈ ਕਿ ਆਪਣੇ ਇਸ ਟਾਈਮ ਆਪਣੇ ਟਾਈਮ ਵਿੱਚ ਛੱਲੀ ਹੈ, ਕੋਈ ਡੱਕਾ ਡੁੱਕਾ ਨਹੀਂ ਇਸ ਮੈਂ, ਮਾਸ਼ਾਅੱਲਾ ਜੀ ਕਿਹੜੀ ਕੱਟੀ ਦੋ, ਇਹ ਜਿਹੜੀ ਇਹ ਸਾਹਮਣੇ ਵਾਲੀ, ਲੋ ਜੀ ਇਹ ਮਗਰ ਕੱਟੀ ਦੂ, ਦੁੱਧ ਕਿੰਨਾ ਕੋਈ ਇਸ ਟਾਈਮ ਮਾਏ ਕੋਲੇ? ਮਾਸ਼ਾਅੱਲਾ ਜੀ ਲਿਬਾਸ ਸੋਹਣਾ, ਥਣ ਸੋਹਣਾ, ਪੁੱਠਾ ਚੰਗਾ, ਖੁੱਡਾ ਚੰਗਾ, ਮਾਸ਼ਾਅੱਲਾ ਜੀ ਹੱਡੀ ਇੱਕ ਦੀ ਮਾਲਕ ਹੈ ਜੀ, ਬਾਕੀ ਲੈਣ ਦੇਣ ਨਸੀਬ ਨੇ, ਬੜਾ ਪਾਵਰ ਵਾਲਾ ਤੇ ਸੋਹਣਾ ਪਿਆਰਾ ਥਾਣ ਤੇ ਜਿੱਥੇ ਥਾਣ ਹੈ ਇੱਥੇ ਹੀ ਮੋਟਾ ਕਰ ਲਈ, ਠੀਕ ਹੋ ਗਿਆ ਜੀ, ਬੜਾ ਪੋਲਾ ਛੋਟਾ ਜਿਹਾ ਬੱਚੇ ਨੂੰ ਲਿਆਉਣ ਤੇ ਬਹੁਤ ਉਹ ਵੀ ਚੋਲੇ ਸੀ, ਕੀ ਮੁੱਲ ਹੈ ਮਾਈ ਨੰਬਰ ਚਾਰ ਦਾ?
ਮੁੱਲ ਤਾਂ ਭਾਵੇਂ ਜਿੰਨਾ ਹੀ ਲਾਈ ਰੱਖੀ ਉਨਾ ਥੋੜਾ, ਲੇਕਿਨ ਆਪਾਂ ਉਹ ਗੱਲ ਕੋਈ ਨਹੀਂ ਕਰਨੀ, ਗੱਲ ਉਹ ਕਰਨੀ ਹੈ ਵੀ ਜਿਹੜਾ ਬਿਲਕੁਲ ਅੱਗੇ ਲਿਆਓ ਜੀ ਮਾਈ ਨੰਬਰ ਪੰਜ। ਲੋ ਜੀ ਮਾਈ ਨੰਬਰ ਅੱਗੇ ਆ ਗਈ ਜੀ ਪੰਜ, ਮਾਸ਼ਾਅੱਲਾ ਜੀ ਕਿਆ ਬਾਤ ਹੈ, ਜ਼ਿੰਦਾਬਾਦ। ਲੋ ਜੀ ਬਰੀਕ ਮੱਝਾਂ, ਕਦ ਚੰਗੇ ਮੱਝਾਂ ਦੇ ਜੀ। ਲੋ ਜੀ ਮਾਈ ਨੰਬਰ ਹੈ ਨਾ ਜਿਹੜੀ ਪੰਜ, ਇਹ ਵਹਾਨੇ ਆਪਾਂ ਮਾਈ ਭਰਾਵਾਂ ਨੂੰ ਤਸੱਲੀ ਨਾਲ। ਮਾਈ ਦੀ ਹਾਈਟ, ਲੰਬਾਈ, ਥਣ ਭਰਾਵਾਂ ਨੇ ਵੇਖ ਲੈਣਾ, ਪੁੱਠਾ ਚੰਗਾ ਮਾਈ ਦਾ, ਖੁੱਡਾ ਚੰਗਾ। ਬਾਕੀ ਜਨਾਬ ਮੇਰੀ ਮੱਝ ਜਿਹੜੀ ਹੈ ਆਪਣੇ ਟਾਈਮ ਤੇ ਖਲੀ ਹੈ, ਕੋਈ ਡੱਕਾ ਡੁੱਕਾ ਨਹੀਂ। ਮਾਸ਼ਾਅੱਲਾ ਜੀ, ਮਾਸ਼ਾਅੱਲਾ ਆਪਣੇ ਲਿਬਾਸ ਵਿੱਚ ਖਲੀ ਹੈ ਜੀ, ਕੋਈ ਡੱਕਾ ਨਹੀਂ ਮਾਜਣਾ। ਭਾਈ ਮੀਨ ਕੀ ਸਵਾਲ ਆਇਆ ਤੂੰ? ਮੈਂ ਦੂਸਰਾ ਸਵਾਲ, ਦੂਸਰਾ ਸਵਾਲ ਆਇਆ ਤੂੰ, ਮਗਰ ਕੀ ਤੂੰ? ਮਗਰ ਕੱਟਿਆ ਜੀ ਮਾਈ ਦੇ ਦੁੱਧ ਇਸ ਟਾਈਮ ਕਿੰਨਾ ਕੋਈ ਮਾਈ ਕੋਲ ਹਾਜ਼ਰ ਮੋਕਿਆ ਇਸ ਟਾਈਮ ਹਾਜ਼ਰ ਮੋਕੇ ਜਿਹੜੇ ਬਿਰਾ ਦਾ ਦਿਲ ਕਰੇ ਆਣ ਤੇ ਜਨਾਬ ਮੇਰੀ 14 ਸਿਰ ਦੀ ਗਰੰਟੀ ਵੀ ਸਾਂ, ਸਾਰੀ ਕੋਲੋਂ 14 ਸਿਰ ਦੁੱਧ ਚੋਲ ਲਵੇ, ਸਾਰੀ ਕੋਲੋਂ ਕੋਈ ਭਰਾ ਆਣ ਕੇ 14 ਸਿਰ ਦੀ ਗਰੰਟੀ ਦਿਆਂ ਦੇ ਪੂਰਾ ਕਰ ਲਵੇ ਕੋਈ ਭਰਾ ਆਣ ਕੇ। ਬਿਲਕੁਲ ਜੀ ਪੂਰਾ ਕਰ ਲਵੇ, ਮਾਝ ਭਰਾਵਾਂ ਨੇ ਵੇਖ ਲਈਏ, ਮਾਝ ਦੀ ਹਾਈਟ ਵੀ ਖਾਣੀ ਹੈ, ਮਾਸ਼ਾਅੱਲਾ ਜੀ ਲਿਬਾਸ ਵੀ ਖਾਣਾ ਹੈ, ਹੱਡੀਆਂ ਵੀ ਖਾਣੀਆਂ, ਖੁੱਡਾ ਪੁੱਠਾ ਇੱਕ ਗੱਡੀ ਦੀ ਮਾਲਕ ਹੈ। ਜ਼ਿੰਦਾਬਾਦ ਜੀ, ਮਾਝ ਮੇਰੀ ਬੜੀ ਸੁਥਰੀ ਤੇ ਸੋਹਣੀ ਜੀ ਮਾਝ ਹੈ। ਭਾਈ ਮੀਰ ਕੀ ਮੁੱਲ ਹੈ ਮਾਝ ਦਾ? ਮੈਂ ਤਾਂ ਜਨਾਬ ਮੇਰੀ ਪੱਕਾ ਪੀਡਾ ਮੁੱਲ ਹੈ 3,95,000 ਰੁਪਏ। 3,95,000 ਰੁਪਇਆ ਮੁੱਲ ਹੈ ਜੀ ਮਾਈ ਨੰਬਰ ਪੰਜ ਦਾ, ਕਿਆ ਬਾਤ ਹੈ ਜੀ, ਜ਼ਿੰਦਾਬਾਦ। ਮੱਝਾਂ ਸਾਰੀਆਂ ਭਰਾ ਵੇਖਦੇ ਨੇ ਪਏ, ਅੱਗੇ ਮੈਂ ਤਾਂ ਬਾਕੀ ਕਿਸੇ ਥਾਣੇ 'ਚ ਕੋਈ ਵੇਖ ਲਓ ਬਿਲਕੁਲ ਇੱਕ ਧਾਰ ਵੀ ਕੋਈ ਨਹੀਂ, ਟੈਮੋ ਆਪਣੇ ਟਾਈਮ ਤੇ ਖਲੀਆਂ, ਬਿਲਕੁਲ ਆਪਣੇ ਟਾਈਮ ਤੇ ਖਲੀਆਂ ਸਾਰੀਆਂ ਮੱਝਾਂ। ਅੱਗੇ ਲਿਆਓ ਜੀ ਮਾਈ ਨੰਬਰ 6 ਜਿਹੜੀ ਹੈ ਨਾ, 6 ਨੰਬਰ ਇਹ। ਲੋ ਜੀ ਮਾਈ ਨੰਬਰ ਅੱਗੇ ਆ ਗਈ ਜੀ 6, ਮਾਸ਼ਾਅੱਲਾ ਜੀ ਕਿਆ ਬਾਤ ਹੈ ਭਾਈ ਮੀਨ, ਜ਼ਿੰਦਾਬਾਦ। ਮੱਝ ਦੀ ਜਨਾਬ ਮੇਰੀ ਪੂਰੀ ਤਸੱਲੀ ਕਰਾਣੀ ਹੈ ਜੀ, ਪੂਰੀ ਲਿਬਾਸ ਵੀ ਖਾਣਾ, ਮੈਂ ਦਾ ਥਣ ਗੁੱਲਾ ਵੀ ਖਾਣਾ, ਕਿਆ ਬਾਤ, ਮਾਸ਼ਾਅੱਲਾ ਜਿਵੇਂ ਦੇ ਥਾਣ ਉਸ ਨੂੰ ਉਵੇਂ ਦਾ ਚਵਾਓ ਸੀ, ਬਾਕੀ ਮੈਂ ਦਾ ਇੱਕ ਇੱਕ ਥਾਣ ਅੱਲਾ ਦੀ ਬਰਕਤ ਨਾਲ ਲੈ ਰਿਹਾ, ਇੱਕ ਇੱਕ ਨੁੱਕਰ ਤੇ ਲੱਗ ਹੋਇਆ, ਜ਼ਿੰਦਾਬਾਦ ਜਿਹੜਾ ਹੈ ਉਹ ਬਿਰਾਵਣ ਨੂੰ ਤਸੱਲੀ ਨਾਲ ਵੀ ਖਾਣਾ। ਅੱਛਾ ਭਾਈ ਮੀਨ, ਸੁਆ ਕੀ ਲਾਇਆ ਮਾਈ ਨੇ? ਮੱਝ ਦੀ ਸੁਆ ਕੀ ਲਾਇਆ ਮਾਈ ਨੇ? ਮੈਂ ਜਨਾਬ ਮੇਰੀ ਦੂਆ ਸੁਆ ਚੋਟੀ ਲਾਇਆ, ਦੂਸਰਾ ਸੁਆ ਚੋਟੀ ਨੇ ਲਾਇਆ, ਬਿਲਕੁਲ ਕੰਨੀਆਂ ਧੋਣ ਰਲਦੀ ਵਧੀ ਹੈ ਪੂਰੀ। ਸੂਈ ਕਿੰਨੀਆਂ ਦਿਨਾਂ ਦੀ ਹੈ? ਸੂਈ ਨੂੰ ਅੱਜ ਹੋ ਗਿਆ ਤਕਰੀਬਨ 20-22 ਦਿਹਾੜੇ, 20-22 ਦਿਨ, 25 ਵੀ ਹੋ ਗਏ ਹੋਣੇ ਨੇ। ਹਾਂਜੀ ਠੀਕ ਹੈ, ਮੈਲਾ ਜਿਹੜਾ ਹੈ ਨਾ ਸੱਟਦੀ ਪਈ ਹੈ ਆਪਣੇ ਕੋਲ, ਆ ਦਿਨ ਮੌਕੇ ਹੁਣ ਮੈਲੇ ਤੇ ਲੱਗੀ ਹੈ, ਬਾਕੀ ਦੁੰਨੀ ਵੀ ਖਾਣੀ ਹੈ, ਕੋਲੀ ਵੀ ਖਾਣੀ ਹੈ, ਥਣ ਵੇਖ ਲੈਣਾ ਭਰਾਵਾਂ ਨੇ, ਔਰ ਥਣ ਵੀ ਖਾਣਾ ਹੈ, ਜਿਵੇਂ ਦਾ ਥਾਣ ਉਵੇਂ ਦਾ ਚਵਾ ਤੇ ਬੜਾ ਪਾਵਰ ਵਾਲਾ ਤੇ ਬੜਾ ਵੱਖਰਾ ਜਿਹਾ ਥਾਣ ਹੈ ਜੀ। ਹਾਂਜੀ ਮੈਂ ਇਹਦੀਆਂ ਬਰੀਕੀਆਂ ਜਿਹੜੀਆਂ ਨਾ ਉਹ ਤਸੱਲੀ ਨਾਲ ਵੀ ਖਾਣੀਆਂ, ਕਿਆ ਬਾਤ ਹੈ ਜੀ, ਖੁੱਡਾ ਵੀ ਖਾਣਾ ਪੁੱਠਾ ਵੀ ਖਾਣਾ, ਮੈਂ ਇਹਦਾ ਬੜੀ ਤਸੱਲੀ ਨਾਲ, ਔਰ ਏਡਾ ਕਾਲੇ ਨਾਲ ਪੁੱਠਾ ਬੱਚਾ, ਬੱਚਾ ਕਿਹੜਾ ਇਹਦਾ? ਬੱਚਾ ਸਾਹਮਣੇ ਕੱਟਾ ਖਾਲਾ। ਲੋ ਜੀ ਇਹ ਮਗਰ ਕੱਟਿਆ ਜੀ ਮਾਈ ਦਾ, ਬਹਾਦਰ ਨੇ ਪੂਰੀ ਤਸੱਲੀ ਨਾਲ, ਮਾਸ਼ਾਅੱਲਾ। ਇੱਕ ਵਾਰੀ ਇੱਥੇ ਮਾਈ ਖੜੀ ਰਹਿਣ ਦਿਓ, ਮਾਈ ਦੀ ਲਿਬਾਸ ਦੀ ਤਸੱਲੀ ਕਰਵਾ ਲੈਣ ਦਿਓ, ਲਿਬਾਸ ਜਿਹੜਾ ਹੈ ਉਹ ਤਸੱਲੀ ਨਾਲ ਵੀ ਖਾਣਾ ਹੈ ਬਾਈ ਬਿਲਾਲ, ਔਰ ਮੈਂ ਤਾਂ ਜਿਵੇਂ ਦਾ ਥਾਣ ਉਸ ਉਵੇਂ ਦਾ ਚੁਆ ਤੇ ਥਾਣ, ਮਾਸ਼ਾਅੱਲਾ ਬੜਾ ਪਾਵਰ ਵਾਲਾ ਤੇ ਬੜਾ ਪਿਆਰਾ ਥਾਣ ਲੱਗਿਆ, ਕਿਆ ਬਾਤ ਹੈ ਜੀ, ਜ਼ਿੰਦਾਬਾਦ ਭਾਈ ਮੀਨ, ਮਾਸ਼ਾਅੱਲਾ ਜੀ ਚੰਗੀ ਮਾਜੇ। ਬਾਕੀ ਲੈਣ ਦੇ ਨਸੀਬ ਨੇ, ਦੁੱਧ ਕਿੰਨਾ ਕੋਈ ਇਸ ਟਾਈਮ ਮਾਏ ਕੋਲ ਹਾਜ਼ਰ ਮੋਕਿਆ? ਮੈਂ ਕੋਲੋਂ ਹਾਜ਼ਰ ਮੋਕੇ ਜਿਹੜੇ ਬਰਾ ਦੀ ਦਿਲ ਕਰੇ ਆਣ ਤੇ ਸਾਡੇ ਕੋਲੋਂ 11 ਸਿਰ ਟਾਈਮ ਦਾ ਦੁੱਧ ਮਿਲਣ ਲੱਗਾ, ਮਾਸ਼ਾਅੱਲਾ। ਮੈਂ ਥਾਣੇ 44 ਸਾਂ ਤੇ ਇੱਕ ਥਣ ਜਾਨ ਨੂੰ ਦੇ ਦੀ ਸਾਂ, ਠੀਕ ਹੈ। ਹਾਂਜੀ ਜ਼ਿੰਦਾਬਾਦ ਜੀ, ਮਾਸ਼ਾਅੱਲਾ। ਤਿੰਨ ਥਣ ਨੇ ਜਿਹੜੇ
ਉਹ ਚੋਰ ਲੈਣੇ ਨੇ ਇੱਕ ਥਣ ਨੇ ਜਿਹੜਾ ਉਹ ਕੱਟੇ ਨੂੰ ਛੱਡ ਲੈਣਾ, ਕਿੰਨਾ ਦੁੱਧ ਹੋਵੇਗਾ ਫਾਈਨਲ? 11 ਸਿਰ ਟਾਈਮ ਦਾ ਦੁੱਧ, ਟਾਈਮ ਦਾ 11 ਸਿਰ, ਬਿਲਕੁਲ ਮਾਸ਼ਾਅੱਲਾ ਜੀ, ਬੜੀ ਗਰੰਟੀ ਨਾਲ ਮਾਈ ਦੀ ਸ਼ਕਲ ਵਾਹਵਾ ਇੱਕ ਵਾਰੀ ਭਰਾਵਾਂ ਨੂੰ ਤਸੱਲੀ ਨਾਲ, ਮੈਂ ਦੀ ਪੂਰੀ ਤਸੱਲੀ ਕਰਾਉਣੀ ਔਰ ਮੈਂ ਦੀ ਲੰਬਾਈ ਵੀ ਖਾਵਣੀ ਹੈ, ਹਾਈਟ ਵੀ ਖਾਵਣੀ ਹੈ, ਕੀ ਬਾਤ ਹੈ। ਤੇ ਬਾਕੀ ਜਿਹੜੀ ਮੈਂ ਵੇਖੋ ਦੁਨੀ ਤੇ ਕੋਲੀ ਦਾ ਨਿਸ਼ਾਨ ਹੈ, ਮੈਂ ਜੀ ਨਿਸ਼ਾਨ ਹੈ, ਹਾਂ ਜੀ ਬਿਲਕੁਲ, ਮਾਸ਼ਾਅੱਲਾ ਸ਼ਕਲ ਸੋਹਣੀ ਮਾਈ ਦੀ, ਕਾ ਨਿਸ਼ਾਨ ਵੀ, ਬੁੱਤੀ ਚੰਗੀ ਮਾਈ ਦੀ, ਧੁਨੀ ਕੋਲ ਦਾ ਐਡੀ ਮਾਜ ਹੋ ਕੇ ਨਿਸ਼ਾਨ ਹੋਵੇ ਦਾ, ਬਿਲਕੁਲ ਜੀ ਨਿਸ਼ਾਨ ਹੋਵੇ, 22 ਕਿਲੋ ਦੁੱਧ ਹੋਵੇ ਦਾ ਮਾਈ ਕੋਲੇ ਇਨਸ਼ਾਅੱਲਾ, ਗਰੰਟੀ ਨਾਲ। ਮੈਂ ਮੇਰੀ ਥੋੜੀ ਜਿਹੀ ਸਫਰ ਨੂੰ ਆਈਏ ਥੋੜੀ ਸਿੱਧੀ ਹੋਵਣ ਦਿਓ, ਮੇਰੇ ਕੋਲ ਜਨਾਬ ਮੇਰੀ ਜਿਹੜਾ ਬਰਾ ਦਾ ਦਿਲ ਕਰੇ, ਮੈਂ ਦਸਾਈ ਬਿਆਨ ਨਾ ਕਰੇ ਜਾਂ ਕਿਸੇ ਦੇ ਪਸੰਦ ਆ ਜਾਵੇ, ਠੀਕ 5-6 ਦਿਨਾਂ ਚ ਮੈਂ ਦਾ 5 ਸਿਰ ਦੁੱਧ ਚੁਆ ਦੇ। ਕੀ ਮੁੱਲ ਹੈ ਮਾਈ ਦਾ, ਮਾਈ ਨੰਬਰ 6 ਦਾ ਮੁੱਲ ਤਾਂ ਭਾਵੇਂ ਇਹੀ ਹੋ ਜੀ, ਮੈਂ ਤਾਂ 30 ਲੱਖ ਵੀ ਕਰੀ ਤਾਂ ਥੋੜਾ, ਲੇਕਿਨ ਆਪਾਂ ਲਾਉਣਾ ਕੋਣੀ, ਠੀਕ ਹੈ, ਉਹ ਲਾਉਣਾ ਜਿਹੜਾ ਜਨਾਬ ਮੇਰੀ ਸੋਹਣਾ ਤੇ ਮਕੂਲ ਜਿਹਾ ਮੁੱਲ। ਅੱਛਾ, ਜਿਵੇਂ ਦੀ ਮੈਂ ਉਵੇਂ ਦਾ ਮੁੱਲ ਹੋ ਸੀ ਜਨਾਬ ਮੇਰੀ, ਤੇ ਮੈਂ ਆਪਣੀ ਗਣੀ ਸਾਰੀ ਚੰਗੀ ਹੈ ਤੇ ਬੜੀ ਜੂ ਹੁੰਦੀ ਹੈ, ਠੀਕ ਹੈ, ਬੜੀ ਗਣੀ ਚੰਗੀ ਜੂ ਹੁੰਦੀ ਹੈ ਜੀ, ਠੀਕ ਹੋ ਗਿਆ, ਹਾਂਜੀ ਮੈਂ ਤਾਂ ਇੱਕ ਵਾਰੀ ਖਿਲੇ ਵੀ ਖਾਵਣਾ ਸਾਰੇ ਤਸੱਲੀ ਨਾਲ ਤੇ ਵੇਖ ਕੇ ਖਾਣ ਲੱਗੇ ਹੋਏ ਆ। ਮਾਸ਼ਾਅੱਲਾ ਜੀ, ਕੀ ਬਾਤ, ਜ਼ਿੰਦਾਬਾਦ। ਜਿਵੇਂ ਕੀੜੀ ਦੇ ਪਾ ਗਏ ਨਾ ਜੀ, ਇਸ ਤਰੀਕੇ ਦਾ ਥਾਣੇ ਤੇ ਦੁੱਨੀ ਤੇ ਕੋਲੀ ਦਾ ਤਸੱਲੀ ਨਾਲ ਨਿਸ਼ਾਨ ਹੈ ਤੇ ਤਸੱਲੀ ਨਾਲ ਵੀ ਖਾਵਣਾ ਮਜ਼ਾ। ਕੀ ਬਾਤ ਹੈ ਜੀ, ਮਾਸ਼ਾਅੱਲਾ, ਹਾਂਜੀ ਮੈਂ ਕੀ ਮੁੱਲ ਹੈ ਮਾਏ ਦਾ? ਮੈਂ ਤਾਂ ਜਨਾਬ ਮੇਰੀ ਮੁੱਲ ਜਿਹੜਾ ਹੈ ਨਾ ਜੀ, ਪੱਕਾ ਪੀੜਾ, ਮੈਂ ਤਾਂ ਮੁੱਲ ਲਾਵਣ ਨੂੰ ਤਾਂ ਭਾਵੇਂ 15 ਵੀ ਲਾਵੀਏ ਤੇ 20 ਵੀ ਲਾਵੀਏ ਤੇ ਥੋੜਾ, ਹਾਂਜੀ ਮੁੱਲ ਆਪਾਂ ਉਹ ਲਾਉਣਾ ਜਿਹੜਾ ਆਪਾਂ ਲੈ ਲੈਣਾ, ਠੀਕ ਹੈ, ਜਿਹੜੇ ਬਰਾਦ ਦਿਲ ਕਰੇ ਮੈਂ ਜਨਾਬ ਮੇਰੀ 10 ਲੱਖ ਤੇ 50 ਹਜ਼ਾਰ ਦੀ ਦੇ ਛੱਡ ਸਾਂ। 10 ਲੱਖ ਤੇ 50 ਹਜ਼ਾਰ ਦੀ ਮਾਈ ਦੇ ਦਰਾਂ ਦੇ ਜੀ, ਮਾਸ਼ਾਅੱਲਾ ਜੀ, ਠੀਕ ਹੋ ਗਿਆ ਜੀ, ਹਾਂਜੀ ਲੋ ਜੀ ਤਸੱਲੀ ਹੈ, ਜਿਹੜੇ ਬਰਾ ਦਾ ਦਿਲ ਕਰੇ ਮੈਂ ਦਾ ਬਿਆਨਾ ਚ ਕਰੇ ਠੀਕ 5-6 ਦੇ ਮੇਰੇ ਕੋਲ ਆਉਣ ਤੇ 5 ਲੀਟਰ ਮੈਂ ਦਾ ਦੁੱਧ ਪੂਰਾ ਕਰ ਲਵੇ, 3 ਥਣਾਂ ਦਾ ਦੁੱਧ 5-6 ਦੇ, ਇਨਸ਼ਾਅੱਲਾ ਮੈਂ ਥੱਕਾ ਥੁੱਕਾ ਤੋਂ ਨਿਕਲ ਗਈ ਤੇ ਮੈਂ ਦਾ ਦੁੱਧ ਪੂਰਾ ਕਰਾ ਦੇ ਸਾਂ, ਠੀਕ ਹੋ ਗਿਆ ਜੀ, ਹਾਂਜੀ। ਲੋ ਜੀ, ਅਜ਼ਾਨ ਵੀ ਹੁੰਦੀ ਪਈ ਹੈ ਤੇ ਅਜ਼ਾਨ ਹੋ ਲਵੇ ਫਿਰ ਭਰਾਵਾਂ ਨੂੰ ਗਾਂ ਬਹਾਨੇ। ਲੋ ਜੀ, ਗਾਂ ਨੰਬਰ ਆ ਗਈ ਜੀ ਇੱਕ, ਮਾਸ਼ਾਅੱਲਾ ਜੀ 6 ਮੱਝਾਂ ਵਹਾ ਦੇਣੀਆਂ ਨੇ ਭਰਾਵਾਂ ਨੂੰ ਤਸੱਲੀ ਨਾਲ। ਅੱਗੇ ਆ ਗਈ ਜੀ ਗਾਂ ਨੰਬਰ 1, ਭਾਈ ਵੀਰ ਕੀ ਸਵਾਲ ਆਇਆ ਗਾਂ ਨੇ? ਦੂਸਰਾ ਸਵਾਲ ਆਇਆ ਗਾਂ ਨੇ, ਦੂਸਰਾ ਸਵਾਲ ਗਾਂ ਨੇ ਲਾਇਆ, ਗਾਂ ਕਿੰਨੀਆਂ ਦਿਨਾਂ ਦੀ ਸੂਈ? ਗਾਂ ਤਕਰੀਬਨ ਅੱਜ ਹੋ ਗਏ 8-9 ਦਿਹਾੜੇ, 8 ਕੁ ਦਿਨ ਹੋ ਗਏ ਨੇ ਗਾਂ ਨੂੰ ਸੂਈ, ਮਗਰ ਕੀ ਦੂ? ਮਗਰ ਇਹਦੇ ਵੱਛਾ ਜੀ, ਮਗਰ ਵੱਛਾ, ਹਾਂਜੀ। ਨਸਲ ਕੀ ਹੈ ਗਾਂ ਦੀ? ਨਸਲ ਜਨਾਬ ਮੇਰੀ ਉਹ ਬਰਾਵਾਂ ਵੇਖ ਲੈਣੀ ਹੈ, ਠੀਕ ਹੈ, ਬਾਕੀ ਜਿਹੜੇ ਸਾਡੀ ਸਮਝ ਚ ਬਲੈਸਟਨ ਤੇ ਆਪਣਾ ਜਰਸੀ ਦਾ ਕ੍ਰਾਸ ਇਸ ਤੋਂ ਜੀ, ਬਲੈਸਟੀ ਤੇ ਜਰਸੀ ਦਾ ਕ੍ਰਾਸ ਹੈ, ਵਿੱਚ ਕ੍ਰਾਸ ਥੋੜਾ ਫ੍ਰੀ ਦੰਦੇ ਪਾਉਂਦਾ, ਠੀਕ ਹੈ, ਲੇਕਿਨ ਕ੍ਰਾਸ ਖਾਣ ਕਾਲਾ ਸਾਰੇ ਚੰਗੇ ਤੇ ਖਾਣ ਜਿਹੜਾ ਹੈ ਕਾਲਾ ਤੇ ਖਾਣ ਮੋਟ ਮੋਟ ਖਾਣ ਕੱਢਦੀ ਹੈ ਜੀ, ਆਪਣੇ ਟਾਈਮ ਤੇ ਖਾਲੀ ਕੋਈ ਡੱਕਾ ਛੱਕਾ ਪਾਉਣੀ ਬੈਠ ਨਾ। ਕੀ ਬਾਤ ਹੈ, ਜ਼ਿੰਦਾਬਾਦ, ਮਾਸ਼ਾਅੱਲਾ ਜੀ, ਮੁੱਠੀ ਮੁੱਠੀ ਖਾਣ ਪੂਰਾ ਲਿਬਾਸ ਸੋਹਣਾ ਕੀ ਆ, ਮੁੱਠੀ ਮੁੱਠੀ ਦੁੱਧ ਜਨਾਬ ਮੇਰੀ ਇਸ ਕੋਲੋਂ ਦੋਵਾਂ ਟਾਈਮਾਂ ਦਾ ਜਿਹੜਾ ਪੱਕਾ ਦੁੱਧ ਦੱਸਿਆ ਪੂਰੀ
ਪਾਕਿਸਤਾਨ ਨੂੰ ਆਪਣੇ ਜ਼ਮੀਨ ਕੇ ਰੱਖੇ ਰਹਿੰਦੀ ਦੁਨੀਆ ਤੱਕ ਇਨਸ਼ਾਅੱਲਾ ਅਗਲੀ ਵੀਡੀਓ ਦੇ ਨਾਲ ਫੇਰ ਮਿਲਾਂਗੇ ਇਸੇ ਵੀਡੀਓ ਦੇ ਨਾਲ ਜੋ ਯਾਤ ਰੱਬ ਰੱਖਾ ਲਾ ਸੁਣਨ ਵਾਲੇ ਨਾਲ ਦੀ ਆਵਾਜ਼ ਆਵੇ ਤਾਜਦਾਰ ਹਤਮੇ ਨਬੂਵਤ ਜ਼ਿੰਦਾਬਾਦ ਪਾਕਿਸਤਾਨ ਜ਼ਿੰਦਾਬਾਦ।